ਮੋਗਾ ਦੇ ਪਿੰਡ ਮੰਡੀਰਾ ਦੇ ਕੋਲ ਨਿਕਲਦੀ ਛੋਟੀ ਨਹਿਰ ਵਿੱਚ ਨਹਾਉਣ ਆਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ਆਉਣ ਕਾਰਨ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੁਰੰਤ ਹੀ ਪਿੰਡ ਵਾਸੀਆਂ ਅਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਇੱਕ ਨੌਜਵਾਨ ਦੀ ਲਾਸ਼ ਲੱਭਣ ਵਿੱਚ ਕਾਮਯਾਬੀ ਹਾਸਲ ਹੋਈ, ਜਦੋਂ ਕਿ ਖਬਰ ਮਿਲਣ ਤੱਕ ਦੂਸਰੇ ਨੌਜਵਾਨ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਜਾਰੀ ਸੀ। ਇਸ ਮੌਕੇ ਥਾਣਾ ਚੁੜਿਕ ਦੇ SHO ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਜਿਹੜੇ ਨਹਿਰ 'ਚ ਡੁੱਬੇ ਆ, ਪਤਾ ਲੱਗਿਆ ਸਰ ਕਿੱਥੋਂ ਦੇ ਕੌਣ? ਇਹ ਇੱਥੇ ਪਿੰਡ ਪੁਰਾਣਾ ਮੰਡੀਰਾਂ, ਇੱਥੇ ਨਹਿਰ ਦੇ ਵਿੱਚ ਦੋ ਨੌਜਵਾਨਾਂ ਦੀ ਸਾਨੂੰ ਖਬਰ ਮਿਲੀ ਸੀ। ਇੱਕ ਜਿਹੜਾ ਕਿ ਪਹਿਲਾਂ ਇੱਕ ਨੌਜਵਾਨ ਨਹਾ ਰਿਹਾ ਸੀ, ਉਹਨੂੰ ਡੁੱਬ ਰਿਹਾ ਸੀ, ਉਹਨੂੰ ਬਚਾਉਣ ਦੇ ਲਈ ਆਇਆ ਸੀ ਅੰਦਰ। ਬਚਾਉਣ ਵਾਲਾ ਨੌਜਵਾਨ ਸੁਣਿਆ ਪਹਿਲਾਂ ਡੁੱਬ ਗਿਆ, ਉਹਦੀ ਬੋਡੀ ਵੀ ਮਿਲ ਚੁੱਕੀ ਹੈ। ਦੂਸਰੇ ਨੌਜਵਾਨ ਦੀ ਬੋਡੀ ਹਾਲੇ ਮਿਲੀ ਨਹੀਂ ਗੀ, ਉਹਦੀ ਭਾਲ ਕਰ ਰਹੇ ਨੇ ਅਤੇ ਗੋਤਾਖੋਰ ਆਏ ਹੋਏ ਨੇ, ਉਹਨਾਂ ਨੂੰ ਭਾਲ ਕੀਤੀ ਜਾ ਰਹੀ, ਉਹਨਾਂ ਨੂੰ ਮਿਲੀ ਨਹੀਂ ਗੀ। ਅਤੇ ਕੁਛ ਬੰਦੇ ਅਸੀਂ ਪਹਿਲਾਂ ਫੜੇ ਹੋਏ ਨੇ, ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਥਰੂ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ। ਮੋਗੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ, ਇਹ ਵੀ ਮੋਗੇ ਦੇ ਦੱਸੇ ਜਾ ਰਹੇ ਨੇ, ਸ਼ਨਾਖਤ ਹਾਲੇ ਹੋਈ ਨਹੀਂ ਇਹਨਾਂ ਦੀ, ਜਦੋਂ ਵੀ ਉਹਨਾਂ ਨੂੰ ਦੱਸਿਆ ਜਾਊ। ਦੂਸਰੇ ਪਾਸੇ ਪਿੰਡ ਦੇ ਸਰਪੰਚ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਸਰਪੰਚ ਸਾਹਿਬ, ਜੋ ਜਾਣਕਾਰੀ, ਦੋ ਲੜਕੇ ਜਿਹੜੇ ਡੁੱਬੇ ਆ ਉਹਦੇ ਬਾਰੇ, ਉਹਨਾਂ ਬਾਰੇ? ਹਾਂਜੀ, ਜਿਹੜੇ ਦੋ ਲੜਕੇ ਡੁੱਬੇ ਆ, ਇਹ ਇੱਕ ਬੇਟਾ ਕੱਢ ਲਿਆ ਗਿਆ ਅਤੇ ਇੱਕ ਰਹਿੰਦਾ। ਜਿੰਨਾ ਮੇਰੇ ਪਿੰਡ 'ਚ ਕੋਈ ਮਿਹਨਤ ਹੈ, ਜਦੋਂ ਵੀ ਕੋਈ ਬੱਚਾ ਡੁੱਬ ਜਾਂਦਾ ਜਾਂ ਕੋਈ ਬਜ਼ੁਰਗ ਡੁੱਬ ਜਾਂਦਾ, ਅਸੀਂ ਪਿੰਡ ਵਾਲੇ ਹੀ ਉਹਦੇ 'ਤੇ ਗੌਰ ਕਰਕੇ ਕੱਢਦੇ ਹਾਂ। ਇੱਕ ਇੱਕ ਵਜੇ ਤੱਕ ਬੈਠੇ ਰਹਿੰਦੇ ਆ ਲੋਕ, ਅਤੇ ਪਰਿਵਾਰ ਦਾ ਕੋਈ ਵਾਰਸ ਦੋ ਆ ਜਾਂਦੇ ਜਾਂ ਇੱਕ ਆ ਜਾਂਦਾ। ਸਾਡੇ ਪਿੰਡ ਨੂੰ ਹੀ ਨੌਬਤ ਖੜ੍ਹੀ ਹੁੰਦੀ ਆ, ਅੱਜ ਦੀ ਨਹੀਂ ਨੌਬਤ, ਪਿਛਲੇ ਪੁਰਾਣੇ 10 ਤੋਂ 15 ਸਾਲਾਂ ਤੋਂ ਇਹ ਨੌਬਤ ਹੈ। ਜਦੋਂ ਦਾ ਪੱਕਾ ਸੂਆ ਹੋਇਆ ਵਾ, ਉਦੋਂ ਨੂੰ ਸਾਡੇ ਨਗਰਾਂ ਨੂੰ ਹੀ, ਦੋਨਾਂ ਨੂੰ ਇਹ ਨੌਬਤ ਖੜ੍ਹੀ ਹੁੰਦੀ ਹੈ। ਕੋਈ ਕੁਛ ਡਿੱਗ ਪਿਆ, ਸਾਡੇ ਨਗਰ ਪੌੜੀਆਂ ਲਾਉਂਦੇ ਆ, ਅੱਧਾ ਨੁਕਸਾਨ ਹੋ ਜਾਂਦਾ, ਕਿਤੇ ਲਾਸਾਂ ਚਲੀਆਂ ਜਾਂਦੀਆਂ, ਕਿਤੇ ਕੁਛ ਨੁਕਸਾਨ ਹੋ ਗਿਆ, ਕਿਤੇ ਕੋਈ ਹੋ ਗਿਆ ਸਾਡੇ ਪਿੰਡ ਦਾ। ਸਾਡੇ ਪਿੰਡ ਦੇ ਵੀ ਅਕਸਰ ਬੱਚੇ ਹੈ, ਸਾਡੇ ਪਿੰਡ ਦਾ ਕੋਈ ਨੁਕਸਾਨ ਹੁੰਦਾ ਤਾਂ ਸਾਡੇ ਪਿੰਡ ਦਾ ਵੀ ਨੁਕਸਾਨ ਹੈ। ਅੱਜ ਜਿਹੜੇ ਮੁੰਡੇ ਡੁੱਬੇ ਆ ਜੀ, ਕਿੰਨੇ ਵਜੇ ਦੀ ਗੱਲ ਆ ਤੇ ਕਿੰਨੇ ਜਾਣੇ ਸੀ? 12 ਤੋਂ 1 ਵਜੇ ਦੀ ਗੱਲ ਹੈ ਜੀ, 25 ਤੋਂ 30 ਬੱਚੇ ਸੀ ਇਹ। ਉਮਰ ਕਿੰਨੀ ਹੈ ਜੀ ਇਹਨਾਂ ਦੀ? ਉਮਰ ਵਿੱਚ ਲਗਭਗ ਆਹ ਤਾਂ ਜਿਹੜਾ 35-40 ਸਾਲ ਦਾ ਇਹ ਜਿਹੜਾ ਮਰਿਆ ਹੁਣ ਸੀਗਾ, ਇੰਨੀ ਉਮਰ ਦਾ ਬਾਈ ਜੀ ਇਹ, 25-30 ਸਾਲ ਦਾ ਉਮਰ ਦਾ ਬੰਦਾ ਸੀ। ਦੂਜਾ ਜਿਹੜਾ ਮਰਿਆ 22 ਸਾਲ ਦਾ ਦੱਸਦੇ ਆ, ਤਕਰੀਬਨ ਇਸੇ ਰੇਂਜ ਦੇ ਥੱਲੇ 22 ਤੋਂ 23-24 ਸਾਲ ਦੇ ਬੱਚੇ ਸੀ ਤੇ ਸਾਰੇ ਮੋਗੇ ਦੇ ਸੀ। ਪੁਲ ਤੇ ਨਹਾਉਂਦੇ ਸੀ, ਮੇਰੇ ਪਿੰਡ ਦਾ ਸਾਬਕਾ ਪੰਚਾਇਤ ਮੈਂਬਰ ਆ, ਉਹਨੇ ਦੁਆਲਤੇ ਉੱਥੋਂ ਅਤੇ ਮਗਰ 2 ਕਿੱਲੇ ਵਾੜ ਜਾ ਕੇ ਫਿਰ ਨਹਾਉਣ ਲੱਗ ਗਏ ਅਤੇ ਉੱਥੋਂ ਜਦੋਂ ਡੁੱਬ ਗਏ ਅਤੇ ਮੈਨੂੰ ਟੈਲੀਫੋਨ ਗਿਆ ਅਤੇ ਮੈਂ ਵਾਪਸ ਭੱਜ ਕੇ ਆਇਆ ਅਤੇ ਉਦੋਂ ਨੂੰ ਮੇਰੇ ਪਿੰਡ ਦੇ ਮੁੰਡੇ ਆ ਚੁੱਕੇ ਸੀ ਅਤੇ ਅਸੀਂ ਪੌੜੀਆਂ ਲਾਈਆਂ ਅਤੇ ਇੱਕ ਨੂੰ ਕੱਢ ਲਿਆ ਅਤੇ ਇੱਕ ਰਹਿ ਗਿਆ ਵਿੱਚ। ਲੱਗਦਾ ਹੈ ਸ਼ਾਇਦ ਜਿਵੇਂ ਉਹਨਾਂ ਦੀ ਸ਼ਰਾਬ ਸ਼ਰੂਬ ਦਾ ਕੋਈ ਸਿਸਟਮ ਸੀ, ਨਹੀਂ 20 ਕਿਲੋਮੀਟਰ ਵਾੜ ਤੋਂ ਚੱਲ ਕੇ ਆ ਗਏ ਅਤੇ ਇੱਥੇ ਆਹ ਝੀਲ ਹੈ, ਇਹ ਇੱਥੇ ਕੀ ਲੈਣ ਆਏ ਸੀ? ਇੱਕ ਲਾਸ਼ ਲੱਭੀ, ਦੂਜੀ ਨਹੀਂ ਲੱਭੀ? ਇਹ ਦੂਜੀ ਨਹੀਂ ਲੱਭੀ, ਨਾਲੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਮੂਹਰੇ ਵੀ ਇਹ ਜਾਣ ਇਲਾਕਾ ਦੇ ਪਿੰਡਾਂ ਮੂਹਰੇ ਵੀ ਇਹ ਸਾਡੇ ਪਿੰਡ ਨਾਲ ਕੋਈ ਆ ਕੇ ਨਹਾਵੇ ਨੂੰ ਵੇ, ਸਾਡੇ 'ਤੇ ਆਫਤ ਖੜੀ ਨਾ ਹੋਵੇ ਇਹੋ ਜੀ। ਇੱਕ ਪਰਸੋਂ ਕੱਢ ਕੇ ਹਟੇ ਮੇਰੇ ਪਿੰਡ ਦੇ ਮੁੰਡੇ, 1 ਵਜੇ ਤੱਕ ਰਾਤ ਨੂੰ ਬੈਠੇ ਰਹੇ ਆ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।